ਲੋ ਆਓ ਸਾਰੇ ਦਸਮ ਪਿਤਾਵਨ ਬਖਸ਼ਿਓਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਮਾਤਾ ਬਿਬੀ ਨਾਨਕੀ ਜੀ ਦੇ ਘਰ ਵਿੱਚ ਹੋਇਆ ਜਨਮ ਸਮੇ ਆਪ ਜੀ ਦਾ ਨਾਮ ਤਿਆਗਮਲ ਰੱਖਿਆ ਗਿਆ ਆਪ ਜੀ ਨੂੰ ਕੁਝ ਸਮੇਂ ਲਈ ਬਾਬਾ ਬੁੱਢਾ ਜੀ ਕੋਲ ਭੇਜਿਆ ਗਿਆ ਤਾਂ ਤਲਾਕ ਜਾਵੇ ਆਪ ਜਿਨੇ ਪਾਈ ਜੇਠਾ ਜੀ ਕੋਲੋਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਆਪ ਬੜੇ ਹੀ ਸ਼ਾਂਤ ਸੁਭਾਅ ਦੇ ਮਾਲਿਕ ਸਨ ਮਾਸੂਲਾ 32ਵੇਂ ਨੂੰ ਆਪ ਜੀ ਦਾ ਵਿਆਹ ਮਾਤਾ ਗੁੱਜੀ ਜੀ ਨਾਲ ਕਰ ਦਿੱਤਾ ਗਿਆ ਅਤੇ 1032 ਦਾ ਦੀਵਾਨ ਕਰਤਾਰਪੁਰ ਸੈਵਿਚ ਕੀਤਾ ਗਿਆ ਪਰੰਤੂ ਉੱਥੇ ਸ਼ਾਹੀ ਫੌਜ ਨੇ ਹਮਲਾ ਕਰ ਦਿੱਤਾ ਅਤੇ ਉਸ ਲੜਾਈ ਵਿੱਚ ਕਾਲੇ ਖਾਨ ਤੇ ਪੈਂਦੇ ਖਾਨ ਨੂੰ ਮਾਰੇ ਗਏ ਅਤੇ ਸ਼ਾਹੀ ਫੌਜ ਵਾਪਸ ਮੁੜ ਗਏ ਫਿਰ ਗੁਰੂ ਸਾਹਿਬ ਜੀ ਨੇ ਕੀਰਤਪੁਰ ਵੱਲ ਨੂੰ ਚੱਲਣਾ ਪਾ ਦਿੱਤੀ ਲੇਕਿਨ ਸ਼ਾਹੀ ਫੌਜ ਨੇ ਵਾਪਸ ਮੁੜ ਹਮਲਾ ਕਰ ਦਿੱਤਾ ਉਸ ਲੜਾਈ ਵਿੱਚ ਗੁਰਤੇਗ ਬਹਾਦਰ ਜੀ ਨੇ ਤੇਜ ਜਨੌਨ ਦੀ ਕਮਾਲ ਕਰ ਦਿੱਤੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਗੁਰੂਤੇ ਇੱਕ ਬਹਾਦਰ ਜੀ ਤੋਂ ਖੁਸ਼ ਹੋ ਕੇ ਉਹਨਾਂ ਨੇ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਆਸਤੋ ਤੇਰਾ ਨਾਮ ਤਿਆਗਮਲ ਨਹੀਂ ਬਲਕਿ ਤੇਗ ਬਹਾਦਰ ਹੈ ਗੁਰੂ ਸਾਹਿਬ ਜੇ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਗੁਰਗੱਦੀ ਗੁਰ ਹਰਾਈ ਜੀ ਨੂੰ ਸੌਂਪ ਦਿੱਤੀ ਅਤੇ ਗੁਰੂ ਸਾਹਿਬ ਜ ਨੂੰ ਬਕਾਲੇ ਚਾਣ ਲਿਖਿਆ ਜਦੋਂ ਹਰਕਿਸ਼ਨ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖ ਸੰਗਤਾਂ ਨੂੰ ਕਹਿ ਗਏ ਗੁਰੂ ਬਾਬਾ ਬਕਾਲੇ ਬਹੁਤ ਸਾਰੇ ਸੋਢੀ ਗੁਰੂ ਚਾਹ ਵਿੱਚ ਬਕਾਲੇ ਚਾ ਪੁੱਜੇ ਮੱਖਣ ਸ਼ਾ ਵਪਾਰੀ ਆਪਣਾ ਦਸੰਦ ਗੁਰੂ ਸਾਹਿਬ ਜੀ ਦੇ ਪੇਟ ਕਰਨ ਲਈ ਬਕਾਲੇ ਚਾ ਪੁੱਜਾ ਜਦੋਂ ਉਹ ਉੱਥੇ ਗਿਆ ਤਾਂ ਉਸਨੇ ਕਿਹਾ ਇਹਨਾਂ ਵਿੱਚੋਂ ਸੱਚਾ ਗੁਰੂ ਤੈ ਕਿਹ ਹੈ ਜੋ ਹੋਵੇਗਾ ਉਹ ਆਪਣਾ ਦਸਵੰਦ ਆਪ ਮੰਗ ਲਵੇਗਾ ਉਸਨੇ ਹਰ ਇੱਕ ਸੋਟੀ ਅੱਗੇ ਦੋ ਮੋਹਰ ਰੱਖ ਕੇ ਮੱਥਾ ਟਿਕਣਾ ਸ਼ੁਰੂ ਕਰ ਦਿੱਤਾ ਲੇਕਿਨ ਕਿਸੇ ਵੀ ਸੋਟੀ ਨੇ ਉਸ ਕੋਲੋਂ ਪੂਰਾ ਦਸਵੰਦ ਨਾ ਮੰਗਿਆ ਉਸਨੇ ਗੁਰੂ ਸਾਹਿਬ ਜੀ ਦੇ ਮੋਹਰ ਰੱਖ ਕੇ ਜਦ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਮੋਹਰ ਵਾਲ ਦੇਖ ਕੇ ਕਿਹਾ ਮੱਖਣ ਸ਼ਾ

ਾਂਗੋ ਕੇ ਗੁਰੂ ਸਾਹਿਬ ਜਿੱਗੇ ਫਰਿਆਦ ਲੈ ਕੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਜਾ ਕੇ ਕਹਿ ਦੋ ਸਾਡਾ ਗੁਰੂ ਇੱਕ ਬਹਾਦਰ ਹੈ ਜੇਕਰ ਉਹ ਮੁਸਲਮਾਨ ਬਣ ਜਾਵੇਗਾ ਤਾਂ ਅਸੀਂ ਵੀ ਆਪਣਾ ਧਰਮ ਪਰਿਵਰਤਨ ਕਰ ਦਵਾਂਗੇ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ राय ਜੀ ਨੂੰ ਗੱਦੀ ਤੇ ਬਿਠਾਇਆ ਤੇ ਆਪ ਦਿੱਲੀ ਵੱਲ ਨੂੰ ਤੁਰ ਪਏ ਜਦੋਂ ਔਰੰਗਜ਼ੇਬ ਨੇ ਪਤਾ ਲੱਗਾ ਤਾਂ ਉਸਨੇ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਸ਼ਿਵਕਾਂ ਨੂੰ ਬੰਦੀ ਬਣਾ ਲਿਆ ਉਸਨੇ ਗੁਰੂ ਸਾਹਿਬ ਜੀ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਲੇਕਿਨ ਗੁਰੂ ਸਾਹਿਬ ਜੀ ਅਟਲ ਰਹੇ 11 ਨਵੰਬਰ 175 ਈਸਵੀ ਨੂੰ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ। ਗੁਰੂ ਸਾਹਿਬ ਜੀ ਨੇ ਪਿੰਪਿੰਛਾ ਹਸ਼ਾਲ ਬਹੁਤ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਬਹੁਤ ਸਾਰੇ ਉਪਦੇਸ਼ ਦਿੱਤੇ। ਗੁਰੂ ਸਾਹਿਬ ਜੀ ਦੇ ਉਪਦੇਸ਼ ਸਾਨੂੰ ਅੱਜ ਵੀ ਬਾਣੀ ਦੇ ਨਾਲ ਚੋੜਦੇ ਹੈ। ਲੋੜ ਹੈ ਤਾਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਤਾਰਨ ਕਰਨ ਦੀ ਹੈ। ਆਓ ਮੇਰੇ ਨਾਲ ਫਿਰਨ ਲੋ ਕਿਸੀਂ ਆਪਣੇ ਗੁਰੂ ਸਾਹਿਬ ਜੀ ਦਿੱਤੀ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਵਾਂਗੇ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਵਾਂਗੇ। ਤਰਮਹਿਤ ਸਾਤਾ ਜਨਕੀਆ ਸੀਸ ਦੀਆ ਸਿਰ ਨਾ ਦਿਆ ਸੀਸ ਦਿਆ ਪਰ ਸਿਰ ਨਾ ਦਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ